ਇਹ ਸੀਸੀਟੀਵੀ ਤਸਵੀਰਾਂ ਇੱਕ ਗੁਰੂ ਘਰ ਦੀਆਂ ਨੇ ਜਿੱਥੇ ਜੁੱਤੀਆਂ ਸਮੇਤ ਇੱਕ ਚੋਰ ਦਾਖਲ ਹੁੰਦਾ ਹੈ ਤੇ ਗੋਲਕ ਚੁੱਕ ਕੇ ਫਰਾਰ ਹੋ ਜਾਂਦਾ ਹੈ। ਸੀਸੀਟੀਵੀ ਤਸਵੀਰਾਂ ਦੇ ਵਿੱਚ ਚੋਰੀ ਦੀ ਸਾਰੀ ਵਾਰਦਾਤ ਕੈਦ ਹੋਈ ਹੈ, ਜਿਸ ਦੇ ਵਿੱਚ ਸਾਫ ਨਜ਼ਰ ਆਇਆ ਹੈ ਕਿ ਇੱਕ ਚੋਰ ਜੋ ਦਰਵਾਜ਼ੇ ਦੇ ਰਾਹੀਂ ਗੁਰੂ ਘਰ ਦੇ ਅੰਦਰ ਦਾਖਲ ਹੁੰਦਾ ਹੈ ਅਤੇ ਜੁੱਤੀਆਂ ਪਹਿਨੀਆਂ ਹੋਈਆਂ ਨੇ, ਫਿਰ ਇੱਕ ਰੋਡ ਨੁਮਾ ਚੀਜ਼ ਚੁੱਕਦਾ ਹੈ ਅਤੇ ਉਸ ਦੇ ਨਾਲ ਗੋਲਕ ਨੂੰ ਚੱਕ ਕੇ ਗੋਦੀ ਚ ਫੜ ਕੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਵੱਡੀ ਗੋਲਕ ਉਸਨੇ ਬੜੇ ਹੀ ਆਰਾਮ ਦੇ ਨਾਲ ਰੋਡ ਦੀ ਮਦਦ ਨਾਲ ਚੁੱਕ ਕੇ ਗੋਦੀ ਚੱਕੀ ਹੋਈ ਹੈ ਤੇ ਇਸੇ ਤਰ੍ਹਾਂ ਉਸਨੂੰ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਹੈ। ਇਹਨਾਂ ਹੀ ਨਹੀਂ, ਗੁਰਦੁਆਰੇ ਤੋਂ ਬਾਹਰ ਨਿਕਲ ਕੇ ਸੜਕ ਤੇ ਜਾਂਦਿਆਂ ਵੀ ਇਸਨੂੰ ਇਸੇ ਹੀ ਤਰ੍ਹਾਂ ਦੇਖਿਆ ਗਿਆ ਹੈ ਕਿ ਹੱਥ ਵਿੱਚ ਹੀ ਗੋਦੀ ਚ ਗੋਲਕ ਚੁੱਕੀ ਹੋਈ ਹੈ ਤੇ ਏਦਾਂ ਹੀ ਇਹ ਤੁਰਿਆ ਜਾ ਰਿਹਾ ਹੈ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇਸ ਚੋਰ ਦਾ ਚਿਹਰਾ ਢੱਕਿਆ ਹੋਇਆ ਹੈ, ਕਿਸੇ ਕੱਪੜੇ ਦੇ ਨਾਲ ਮੂੰਹ ਬੰਨਿਆ ਹੋਇਆ ਹੈ ਅਤੇ ਤਾਲਾ ਤੋੜ ਕੇ ਇਹ ਅੰਦਰ ਦਾਖਲ ਹੁੰਦਾ ਹੈ। ਪੈਰਾਂ 'ਚ ਜੁੱਤੀਆਂ ਪਾਈਆਂ ਹੋਈਆਂ ਨੇ, ਇੱਕ ਰੋਡ ਨੁਮਾ ਚੀਜ਼ ਦੇ ਨਾਲ ਗੋਲਕ ਨੂੰ ਚੁੱਕਦਾ ਹੈ ਤੇ ਫਿਰ ਕਿਸੇ ਬੱਚੇ ਦੀ ਤਰ੍ਹਾਂ ਉਸਨੂੰ ਗੋਦੀ ਚੁੱਕ ਕੇ ਲੈ ਜਾਂਦਾ ਹੈ। ਗੋਲਕ ਕਾਫੀ ਵੱਡੀ ਹੈ ਪਰ ਇਹ ਚੋਰ ਬੜੇ ਹੀ ਆਰਾਮ ਦੇ ਨਾਲ ਉਸਨੂੰ ਲੈ ਕੇ ਜਾ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਚੋਰ ਹੁਣ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ ਰਹੇ, ਜੁੱਤੀਆਂ ਸਮੇਤ ਦਾਖਲ ਹੁੰਦੇ ਨੇ, ਬੀਤ-ਬੀਤ ਤਾਂ ਕਰਦੇ ਨੇ ਤੇ ਚੋਰੀ ਦੀ ਵੀ ਵੱਡੀ ਵਾਰਦਾਤ ਕਰ ਜਾਂਦੇ ਨੇ। ਇਹ ਤਸਵੀਰਾਂ ਤਰਨ ਤਾਰਨ ਦੇ ਕਸਬਾ ਨਸ਼ਹਿਰਾ ਪੰਨੂਆਂ ਦੀਆਂ ਨੇ, ਜਿੱਥੇ ਗੁਰਦੁਆਰਾ ਬਾਬਾ ਰਾਮ ਸਿੰਘ ਸ਼ਹੀਦ ਜੀ ਦੇ ਗੁਰੂ ਘਰ ਦੇ ਵਿੱਚ ਇਹ ਚੋਰੀ ਦੀ ਵਾਰਦਾਤ ਕੀਤੀ ਗਈ ਹੈ। ਗੁਰਦੁਆਰਾ ਸਾਹਿਬ ਦੇ ਵਿੱਚੋਂ ਇਹ ਚੋਰ ਬੜੇ ਹੀ ਆਰਾਮ ਦੇ ਨਾਲ ਇਕੱਲਾ ਆ ਕੇ ਗੋਲਕ ਚੋਰੀ ਕਰਕੇ ਫਰਾਰ ਹੋ ਗਿਆ, ਜਿਸ ਦੀਆਂ ਇਹ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਪੁਲਿਸ ਦੇ ਵੱਲੋਂ ਵੀ ਇਸੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਚੋਰ ਦੀ ਭਾਲ ਕੀਤੀ ਜਾ ਰਹੀ ਹੈ। ਇਹ ਸੀਸੀਟੀਵੀ ਤਸਵੀਰਾਂ ਇੱਕ ਗੁਰੂ ਘਰ ਦੀਆਂ ਨੇ ਜਿੱਥੇ ਜੁੱਤੀਆਂ ਸਮੇਤ ਇੱਕ ਚੋਰ ਦਾਖਲ ਹੁੰਦਾ ਹੈ ਤੇ ਗੋਲਕ ਚੁੱਕ ਕੇ ਫਰਾਰ ਹੋ ਜਾਂਦਾ ਹੈ। ਸੀਸੀਟੀਵੀ ਤਸਵੀਰਾਂ ਦੇ ਵਿੱਚ ਚੋਰੀ ਦੀ ਸਾਰੀ ਵਾਰਦਾਤ ਕੈਦ ਹੋਈ ਹੈ, ਜਿਸ ਦੇ ਵਿੱਚ ਸਾਫ ਨਜ਼ਰ ਆਇਆ ਹੈ ਕਿ ਇੱਕ ਚੋਰ ਜੋ ਦਰਵਾਜ਼ੇ ਦੇ ਰਾਹੀਂ ਗੁਰੂ ਘਰ ਦੇ ਅੰਦਰ ਦਾਖਲ ਹੁੰਦਾ ਹੈ ਅਤੇ ਜੁੱਤੀਆਂ ਪਹਿਨੀਆਂ ਹੋਈਆਂ ਨੇ, ਫਿਰ ਇੱਕ ਰੋਡ ਨੁਮਾ ਚੀਜ਼ ਚੁੱਕਦਾ ਹੈ ਅਤੇ ਉਸ ਦੇ ਨਾਲ ਗੋਲਕ ਨੂੰ ਚੱਕ ਕੇ ਗੋਦੀ ਚ ਫੜ ਕੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਵੱਡੀ ਗੋਲਕ ਉਸਨੇ ਬੜੇ ਹੀ ਆਰਾਮ ਦੇ ਨਾਲ ਰੋਡ ਦੀ ਮਦਦ ਨਾਲ ਚੁੱਕ ਕੇ ਗੋਦੀ ਚੱਕੀ ਹੋਈ ਹੈ ਤੇ ਇਸੇ ਤਰ੍ਹਾਂ ਉਸਨੂੰ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਹੈ। ਇਹਨਾਂ ਹੀ ਨਹੀਂ, ਗੁਰਦੁਆਰੇ ਤੋਂ ਬਾਹਰ ਨਿਕਲ ਕੇ ਸੜਕ ਤੇ ਜਾਂਦਿਆਂ ਵੀ ਇਸਨੂੰ ਇਸੇ ਹੀ ਤਰ੍ਹਾਂ ਦੇਖਿਆ ਗਿਆ ਹੈ ਕਿ ਹੱਥ ਵਿੱਚ ਹੀ ਗੋਦੀ ਚ ਗੋਲਕ ਚੁੱਕੀ ਹੋਈ ਹੈ ਤੇ ਏਦਾਂ ਹੀ ਇਹ ਤੁਰਿਆ ਜਾ ਰਿਹਾ ਹੈ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇਸ ਚੋਰ ਦਾ ਚਿਹਰਾ ਢੱਕਿਆ ਹੋਇਆ ਹੈ, ਕਿਸੇ ਕੱਪੜੇ ਦੇ ਨਾਲ ਮੂੰਹ ਬੰਨਿਆ ਹੋਇਆ ਹੈ ਅਤੇ ਤਾਲਾ ਤੋੜ ਕੇ ਇਹ ਅੰਦਰ ਦਾਖਲ ਹੁੰਦਾ ਹੈ। ਪੈਰਾਂ 'ਚ ਜੁੱਤੀਆਂ ਪਾਈਆਂ ਹੋਈਆਂ ਨੇ, ਇੱਕ ਰੋਡ ਨੁਮਾ ਚੀਜ਼ ਦੇ ਨਾਲ ਗੋਲਕ ਨੂੰ ਚੁੱਕਦਾ ਹੈ ਤੇ ਫਿਰ ਕਿਸੇ ਬੱਚੇ ਦੀ ਤਰ੍ਹਾਂ ਉਸਨੂੰ ਗੋਦੀ ਚੁੱਕ ਕੇ ਲੈ ਜਾਂਦਾ ਹੈ। ਗੋਲਕ ਕਾਫੀ ਵੱਡੀ ਹੈ ਪਰ ਇਹ ਚੋਰ ਬੜੇ ਹੀ ਆਰਾਮ ਦੇ ਨਾਲ ਉਸਨੂੰ ਲੈ ਕੇ ਜਾ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਚੋਰ ਹੁਣ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ ਰਹੇ, ਜੁੱਤੀਆਂ ਸਮੇਤ ਦਾਖਲ ਹੁੰਦੇ ਨੇ, ਬੀਤ-ਬੀਤ ਤਾਂ ਕਰਦੇ ਨੇ ਤੇ ਚੋਰੀ ਦੀ ਵੀ ਵੱਡੀ ਵਾਰਦਾਤ ਕਰ ਜਾਂਦੇ ਨੇ। ਇਹ ਤਸਵੀਰਾਂ ਤਰਨ ਤਾਰਨ ਦੇ ਕਸਬਾ ਨਸ਼ਹਿਰਾ ਪੰਨੂਆਂ ਦੀਆਂ ਨੇ, ਜਿੱਥੇ ਗੁਰਦੁਆਰਾ ਬਾਬਾ ਰਾਮ ਸਿੰਘ ਸ਼ਹੀਦ ਜੀ ਦੇ ਗੁਰੂ ਘਰ ਦੇ ਵਿੱਚ ਇਹ ਚੋਰੀ ਦੀ ਵਾਰਦਾਤ ਕੀਤੀ ਗਈ ਹੈ। ਗੁਰਦੁਆਰਾ ਸਾਹਿਬ ਦੇ ਵਿੱਚੋਂ ਇਹ ਚੋਰ ਬੜੇ ਹੀ ਆਰਾਮ ਦੇ ਨਾਲ ਇਕੱਲਾ ਆ ਕੇ ਗੋਲਕ ਚੋਰੀ ਕਰਕੇ ਫਰਾਰ ਹੋ ਗਿਆ, ਜਿਸ ਦੀਆਂ ਇਹ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਪੁਲਿਸ ਦੇ ਵੱਲੋਂ ਵੀ ਇਸੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਚੋਰ ਦੀ ਭਾਲ ਕੀਤੀ ਜਾ ਰਹੀ ਹੈ।